अज असीं तुहानू लैके चल रहे हैं पन्नू डेयरी एंड स्वीट्स, जो कि राणा साहब विखे स्थित है। पन्नू डेयरी एंड स्वीट्स अपने इलाके विच ही नहीं बल्कि दूर दूर तक एक ब्रांड है। इत्थे ताज़ा दुध, दही, खोआ, लस्सी, देसी घ्यो, पनीर अते हर तरह की मिठाई मिलती है। इत्थे व्याह शादियां लई हर तरह की मिठाई के ऑर्डर भी बुक किए जाते हैं। दूरों दूरों ग्राहक इत्थे पहुँचते हैं तो इत्थों की स्वादिष्ट चीज़ों का आनंद माणते हैं। इत्थों की सब तो विशेष गल, इत्थे दो बैंकुट हाल भी है जिथे कि तुसी व्याह शादी या कोई किटी पार्टी कर सकते हो, और ये बैंकुट हाल फुली एसी बैंकुट हाल ने। साड़ी टीम ने इत्थे ग्राहकों नाल गलबात की जिन्होंने पन्नू डेयरी एंड स्वीट्स की बेहद तारीफ की। साड़ी टीम ने इत्थों दे ओनर पन्नू जी नाल भी गलबात की जिन्होंने सानू पन्नू डेयरी एंड स्वीट्स बारे विस्तार नाल जानकारी दी। आओ लैके चलते तुहानू पन्नू डेयरी एंड स्वीट्स राणा साहब विखे। ਵੀਰ ਜੀ ਕਿੱਦਾਂ ਲੱਗਦਾ ਤੁਹਾਨੂੰ ਪੰਨੂ ਸਵੀਟਸ ਐਂਡ ਡੈਰੀ ਦੇ, ਜਿਨ੍ਹਾਂ ਦਾ ਦੁੱਧ ਆਪਦਾ, ਦੁੱਧ ਦੇ ਗਾਂ, ਦੁੱਧ ਦੇ ਨਾਲ ਹੀ ਪਨੀਰ ਬਣਨੇ ਆ, ਦੁੱਧ ਦੇ ਨਾਲ ਹੀ ਖੋਏ ਬਣਨੇ ਆ, ਦੁੱਧ ਦੇ ਨਾਲ ਹੀ ਬਰਫੀਆਂ ਸਵਾਦ ਲੱਗਣੀਆਂ, ਦੁੱਧ ਦੇ ਨਾਲ ਹੀ ਦਹੀਂ, ਹਰ ਚੀਜ਼ ਪੰਨੂ ਸਵੀਟਸ ਦੀ ਜਿਹੜੀ ਹੈਗੀ ਆ ਕਿੱਦਾਂ ਦੀ ਲੱਗਦੀ ਆ, ਕੀ ਕਰਦੇ? ਵਧੀਆ ਅਸੀਂ ਲੈਂਦੇ ਇੱਥੋਂ ਜੀ। ਕਿੰਨੀ ਦੇਰ ਬਾਅਦ ਗਾਂ ਤੁਹਾਨੂੰ? ਜਿੱਦਾਂ ਦੀ ਦੁਕਾਨ ਖੁੱਲੀ ਇਹਨਾਂ ਖੁੱਲੀ ਆ ਸ਼ੌਪ ਜੀ। ਓਕੇ, ਭੈਣੇ ਕਿੱਦਾਂ ਲੱਗਦਾ? ਬਹੁਤ ਵਧੀਆ ਜੀ, ਬਹੁਤ ਅਲੱਗ ਟੇਸਟ ਆ ਇਹਨਾਂ ਦਾ, ਅਤੇ ਅਸੀਂ ਤਾਂ ਬਹੁਤ ਸਫਾਈ ਸਫਾਈ ਵੀ ਹੈਗੀ। ਬੇਟਾ ਕੀ ਕਹਿਣਾ ਚਾਹੋਗੇ? ਤਿੰਨਾਂ ਦਾ ਸਵੇਟ ਸਵਾਦ ਹੀ ਹੈ ਨਾ ਇਕੱਠਾ? ਹਾਂਜੀ, ਬਹੁਤ ਵਧੀਆ ਪਨੀਰ ਦੇ ਫੋਟੋ ਬੜੇ ਸਵਾਦ ਹੁੰਦੇ ਆ। ਹਾਂਜੀ, ਵੀਰ ਜੀ ਕੀ ਕਹਿੰਦੇ ਨਾਲ ਇਹਨਾਂ ਦਾ ਬੈਂਕਟ ਹਾਲ ਵੀ ਆ, ਉਹ ਵੀ ਮਤਲਬ ਬਹੁਤ ਇਹਨਾਂ ਨੇ ਰੀਜ਼ਨੇਬਲ ਜਿਹਾ ਰੱਖਿਆ ਹੋਇਆ ਨਾਲ। ਹਾਂਜੀ ਹਾਂਜੀ, ਉੱਥੇ ਵੀ ਗਏ ਪ੍ਰੋਗਰਾਮ ਦੇ ਨਾਲ। ਓਕੇ, ਕੀ ਫੀਲਿੰਗ ਆ ਰਹੀ ਹੈ ਖਾਣ 'ਚ? ਵਧੀਆ ਜੀ, ਬਹੁਤ ਵਧੀਆ ਜੀ ਫੀਲਿੰਗ, ਟੇਸਟੀ ਨੇ ਗਈ। ਕਿੰਨੀ ਦੇਰ ਦੇ ਆ ਰਹੇ ਪੰਨੂ ਸਵੀਟਸ? ਖਾ ਦੋ ਤਿੰਨ ਵਾਰ ਆ ਕੇ ਗਏ ਜੀ, ਵਧੀਆ ਲੱਗਿਆ ਹੈਗਾ। ਸਵਾਦ ਆ ਪੂਰਾ? ਹਾਂਜੀ, ਬਹੁਤ ਵਧੀਆ ਜੀ, ਵੈਰੀ ਗੁੱਡ। ਕਿੰਨੀ ਦੇਰ ਆਉਂਦੇ ਹੋ? ਅਸੀਂ ਬਸ ਦਸਵੇਂ ਆਉਂਦੇ ਹਾਂ, ਸਾਲ ਬਾਅਦ ਆਉਂਦੇ ਹਾਂ ਇੱਥੇ। ਜਦੋਂ ਰਾਣਾ ਸਾਹਿਬ ਆਉਂਦੇ ਤਾਂ ਇੱਥੇ ਮਿਠਾਈ ਲੈ ਕੇ ਆਉਂਦੇ ਹਾਂ, ਮਤਲਬ ਸ਼ੁੱਧ ਦੁੱਧ ਆਪਾਂ ਨੂੰ ਪਤਾ ਹੁੰਦਾ ਵੀ ਹੈਗੀ। ਠੀਕ ਹੈ, ਵਧੀਆ ਵਧੀਆ, ਬਹੁਤ ਸ਼ਾਨਦਾਰ ਜੀ। ਤੁਸੀਂ ਸਵੀਟ ਦੇ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿੱਦਾਂ ਦੇ ਹੁੰਦੇ ਖਾਣੇ ਇੱਥੇ? ਬਹੁਤ ਵਧੀਆ ਜੀ, ਬਹੁਤ। ਹਾਂ ਬਾਈ, ਬਹੁਤ ਵਧੀਆ ਬਾਈ, ਪੂਰਾ ਇੱਕ ਨੰਬਰ, ਕੋਈ ਮਿਲਾਵਟ ਨਹੀਂ ਹੁੰਦੀ, ਜਮਾਂ ਪੂਰਾ ਓਕੇ ਸਾਰਾ ਕੰਮ ਹੁੰਦਾ। ਪਿੰਡਾਂ ਦੇ ਵਿੱਚ ਬਹਿ ਕੇ ਪਿੰਡਾਂ ਵਾਲਿਆਂ ਨੂੰ ਖੁਸ਼ ਕਰਨਾ, ਔਰ ਉਹਨਾਂ ਦੇ ਨਾਲ, ਕਿਉਂਕਿ ਜੇ ਦੁੱਧ ਪਿਓਰ ਹੋਊਗਾ ਫੇਰ ਹੀ ਆਪਣਾ ਦਹੀਂ ਅਤੇ ਫੇਰ ਹੀ ਪਨੀਰ ਅਤੇ ਫੇਰ ਹੀ ਹਰ ਚੀਜ਼। ਹਾਂਜੀ, ਬਹੁਤ ਵਧੀਆ, ਸਾਰਿਆਂ ਨੂੰ ਖੁਸ਼ੀ ਰਹਿੰਦੀ। ਹਾਂਜੀ, ਵਧੀਆ ਜੀ। ਹਾਂਜੀ, ਹਾਂ ਭਾਈ ਸਾਹਿਬ ਕਿੱਦਾਂ ਲੱਗਦਾ? ਹਾਂਜੀ, ਵਧੀਆ, ਬਹੁਤ ਫਸਟ ਕਲਾਸ ਜੀ। ਸਹੀ ਫੈਮਿਲੀ ਹਾਂ? ਵਧੀਆ, ਫਸਟ ਕਲਾਸ। ਹਾਂ ਵੀ ਹੀਰੋ ਸਾਹਿਬ, ਕੈਸਾ ਲੱਗ ਰਿਹਾ ਆਪ? ਬਹੁਤ ਅੱਛਾ। ਤੁਹਾਨੂੰ ਕੈਸਾ ਲੱਗ ਰਿਹਾ? ਵਧੀਆ, ਮਜ਼ਾ ਆ ਰਿਹਾ। ਜਿੱਥੋਂ ਦੁੱਧ ਤੋਂ ਤੁਸੀਂ ਸ਼ੁਰੂ ਕੀਤਾ, ਅੱਜ ਦੁੱਧ ਨੂੰ ਉੱਦਾਂ ਹੀ ਅਟੈਚ ਕੀਤਾ ਹੋਇਆ, ਡੈਰੀ ਵੀ ਖੋਲ੍ਹ ਲਈ, ਬੈਂਕਟ ਹਾਲ ਵੀ ਖੋਲ੍ਹ ਲਿਆ, ਲੇਕਿਨ ਦੁੱਧ ਤਾਂ ਉਵੇਂ ਹੀ ਤੁਹਾਡੀ ਡਿਊਟੀ ਹੈ, ਕੀ ਕਹਿਣਾ ਚਾਹੋਗੇ? ਬਾਈ ਜੀ, ਜਿੰਨਾ ਚਿਰ ਦੁੱਧ ਆਪਣੇ ਆਪ ਮੈਂ ਆਪਦੇ ਹੱਥੀਂ ਕਲੈਕਸ਼ਨ ਕਰਦਾ ਅਤੇ ਉਹਨਾਂ ਤੱਕ ਹੀ ਸ਼ੁੱਧ ਮਿਲਣਾ, ਸਾਰਾ ਕੁਛ ਆਪਣੇ ਆਪਦੇ ਹੱਥੀਂ ਹੁੰਦਾ। ਦੇਖ ਲਓ, ਦੁੱਧ ਨੂੰ ਕਦੇ ਕੋਈ ਕੈਮੀਕਲ ਨਹੀਂ ਲਗਾਇਆ, ਉਸੇ ਤਰ੍ਹਾਂ ਹੀ ਨੈਚੁਰਲ ਤਰੀਕੇ ਦੇ ਨਾਲ ਹੀ ਰੱਖੀਦਾ ਅਤੇ ਨੈਚੁਰਲ ਦੁੱਧ ਹੀ ਵੇਚੀਦਾ, ਕਦੇ ਕੋਈ ਪਾਣੀ ਵਗੈਰਾ ਕੁਛ ਨਹੀਂ ਕਦੇ ਪਾਉਂਦੇ। ਅਤੇ ਵੀਰ ਜੀ, ਇਹੀ ਮੰਨੀਏ ਫਿਰ ਇਹਦੇ ਕਰਕੇ ਰਿਜ਼ਲਟ ਜਿਹੜੇ ਤੁਹਾਡੇ ਆ ਪਨੀਰ ਦੇ ਅਤੇ ਪਨੀਰ ਦੇ ਪਕੌੜਿਆਂ ਦੇ, ਕਿਉਂਕਿ ਤੁਸੀਂ ਹਰੇਕ ਚੀਜ਼ ਹਲਦੀ ਮਿਰਚ ਮਸਾਲੇ ਆਪਦੇ ਪਸਾਉਂਦੇ ਹੋ ਔਰ ਬੇਸਣ ਵੀ ਜਿਹੜਾ ਆਪਦਾ ਪਸਾਉਂਦੇ, ਤੁਹਾਡਾ ਮਤਲਬ ਇਹ ਵੀ ਅਸੀਂ ਸ਼ੁੱਧਤਾ ਦੇਣੀ ਲੋਕਾਂ ਨੂੰ। ਔਰ ਜਿੱਦਾਂ ਬੈਂਕਟ ਹਾਲ ਖੋਲ੍ਹਿਆ, ਉਹ ਵੀ ਤੁਸੀਂ, ਕਿਉਂਕਿ ਕਰੋਨਾ ਦੇ ਕਹਿਰ ਦੇ ਵਿੱਚ ਤੁਸੀਂ ਲੋਕਾਂ ਦੀ ਬੜੀ ਹੈਲਪ ਕੀਤੀ, ਨਿੱਕੇ ਨਿੱਕੇ ਵਿਆਹ ਵੀ ਆਉਣ 'ਚ ਭੁਗਤਾ ਦਿਓ ਉਹਨਾਂ ਦਾ, ਕੋਈ ਗੱਲ ਨਹੀਂ ਵੀ ਜਿੰਨੇ ਕੁ ਲੋਕ ਪੈਲਸਾਂ ਦੇ ਪੈਸੇ ਲੈਂਦੇ ਆ, ਅਸੀਂ ਤੁਹਾਡਾ ਵਿੱਚ ਕੈਟਰਿੰਗ ਵੀ ਕਰ ਦਾਂਗੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ। ਅਤੇ ਬਾਕੀ ਹੈ ਵੀ ਬੈਂਕਟ ਹਾਲ ਵੀ ਆਪਣਾ ਫੁੱਲੀ ਏ ਸੀ ਆ ਜੀ, ਅਤੇ 500 ਦੀ ਗੈਦਰਿੰਗ ਹੋ ਜਾਂਦੀ ਹੈ ਜੀ, ਆਪਣੇ ਪਿੱਛੇ ਹੀ ਆ, ਤੁਹਾਨੂੰ ਮੈਂ ਦਿਖਾਉਣਾ ਜੀ, ਉਹ ਵੀ ਦਰਸ਼ਕੋ ਆਪਾਂ ਹੁਣੇ ਉਹਨਾਂ ਉਦੋਂ ਵੀ ਵਿਜ਼ਿਟ ਕਰਦੇ ਹੈਗੇ। ਦਰਸ਼ਕੋ, ਹੁਣ ਆਪਾਂ ਖੜ੍ਹੇ ਹਾਂ ਪੰਨੂ ਸਵੀਟਸ ਦੇ ਬੈਂਕਟ ਹਾਲ ਦੇ ਵਿੱਚ। ਆਪਾਂ ਦੇਖ ਸਕਦੇ ਹਾਂ ਕਿ ਇੱਦਾਂ ਲੱਗਦਾ ਜਿਵੇਂ ਲੁਧਿਆਣੇ ਦਾ ਜਾਂ ਕਿਸੇ ਚੰਡੀਗੜ੍ਹ ਦਾ ਇਹ ਹਾਲ ਹੋਵੇ, ਇੱਕ ਧਾਰਮਿਕ ਸਥਾਨ ਜਿਹੜਾ ਰਾੜਾ ਸਾਹਿਬ ਹੈਗਾ ਉੱਥੇ ਇਹਨਾਂ ਨੇ ਬਣਾਇਆ। ਔਰ ਪਿਓਰ ਵੈੱਜ, ਸਭ ਤੋਂ ਵੱਡੀ ਗੱਲ ਆ ਕਿ ਇਹ ਵੈਜੀਟੇਰੀਅਨ, ਬਿਲਕੁਲ ਪਿਓਰ ਵੈਜੀਟੇਰੀਅਨ ਜਿਹੜਾ ਹੈਗਾ ਉਹ ਇੱਥੇ ਰੱਖਦੇ ਨੇ, ਨੋਨ ਵੈੱਜ ਨੂੰ ਨਹੀਂ ਇੱਥੇ ਅਟੈਚ ਕਰਦੇ ਇਹ। ਆਪਾਂ ਦੇਖ ਸਕਦੇ ਕਿ 500 ਦੀ ਕਪੈਸਿਟੀ ਵਾਲਾ ਇਹ ਹਾਲ ਆ, ਬਹੁਤ ਵੱਡਾ, ਸਾਰਾ ਫੁੱਲੀ ਏ ਸੀ। ਮੈਂ ਕੈਮਰਾਮੈਨ ਨੂੰ ਚਾਹੂੰਗਾ ਕਿ ਏਸੀਆਂ ਦੇ ਉੱਤੇ ਮਾਰੇ ਨਿਗਾਹ ਨਾਲ। ਆਪਾਂ ਦੇਖ ਸਕਦੇ ਹਾਂ ਕਿ ਕਪੈਸਿਟੀ, ਸਿਟਿੰਗ ਕਪੈਸਿਟੀ, ਮਨੂ ਵੀਰ ਜੀ, ਜਿਸ ਮਿਹਨਤ ਦੇ ਨਾਲ ਤਿਨਕਾ ਤਿਨਕਾ ਕਰਕੇ ਜਿੱਦਾਂ ਜੋੜਨ ਵਾਲੀ ਗੱਲ ਹੈਗੀ ਆ, ਦੁੱਧ ਦਾ ਕੰਮ ਕੀਤਾ,
ਬੜੀਆਂ ਔਖੀਆਂ ਜਿਹੜੀਆਂ ਹੈਗੀਆਂ ਰਾਹਾਂ ਉਹਨਾਂ ਨੂੰ ਝੱਲਿਆ ਔਰ ਅੱਜ ਇੱਕ ਬ੍ਰਾਂਡ ਬਣੇ ਹੋ ਔਰ ਆਪਾਂ ਦੇਖਿਆ ਕਿ ਇਹ ਜਿਹੜਾ ਪੈਲਸ ਹੈਗਾ ਇਹ ਇੱਕ ਲੁਧਿਆਣੇ ਦੇ ਪੈਲਸਾਂ ਵਰਗਾ ਆਪਾਂ ਨੂੰ ਲੱਗ ਰਿਹਾ ਹੈਗਾ ਇੱਥੇ ਆ ਕੇ ਅੰਦਰ ਲੁੱਕ ਜਿਹੜੀ ਹੈਗੀ ਆ ਏਸੀ ਹਾਲ ਬੜੀ ਵੱਡੀ ਗੱਲ ਹੈ ਵੀ ਪਿੰਡਾਂ ਦੇ ਵਿੱਚ ਇਹ ਚੀਜ਼ ਦੇਣੀ ਕਿਵੇਂ ਤੁਹਾਡੇ ਮਾਇੰਡ 'ਚ ਆਇਆ ਕਿਵੇਂ ਤੁਸੀਂ ਇਹ ਕੈਨੇਡਾ ਦੇ ਅਮਰੀਕਾ ਦੇ ਨਕਸ਼ੇ ਜਿਹੜੇ ਦੇਖ ਦੇਖ ਕੇ ਇਹ ਪੈਲਸ ਬਣਾਇਆ ਹਾਂਜੀ ਹਾਂਜੀ ਬਿਲਕੁਲ ਜੀ ਕਾਰਨ ਜੀ ਪਹਿਲਾਂ ਤਾਂ ਦੁੱਧ ਦਾ ਹੀ ਕੰਮ ਸੀ ਜਿਸ ਤਰ੍ਹਾਂ ਲੁਧਿਆਣੇ ਪਾਉਂਦੇ ਰਹੇ ਦੁੱਧ ਉੱਥੋਂ ਹੀ ਹੌਲੀ 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 ਸਟੈਪ ਬਾਏ ਸਟੈਪ ਸਵੀਟ ਸ਼ੋਪ ਕਰ ਲਈ ਬਸ ਬੜੀ ਮਿਹਨਤ ਦੇ ਨਾਲ ਆਪਣੇ ਹੱਥੀਂ ਇਹ ਸਾਰਾ ਉਸਾਰਿਆ ਹੈ ਵੀਰ ਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਵੈੱਜ ਨੂੰ ਪ੍ਰੈਫਰ ਕਰਦੇ ਹੋ ਔਰ ਕੋਸ਼ਿਸ਼ ਕਰਦੇ ਹੋ ਵੀ ਇਹ ਧਾਰਮਿਕ ਨਗਰੀ ਜਿਹੜੀ ਆ ਰਾੜਾ ਸਾਹਿਬ ਦੀ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਹੁਣ ਵੀ ਬਰਸੀ ਸਮਾਗਮ ਚੱਲ ਰਹੇ ਨੇ ਲੱਖਾਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਤੁਸੀਂ ਭਟਭਾਗੀ ਹੋ ਕਿ ਤੁਹਾਨੂੰ ਹਮੇਸ਼ਾ ਇੱਥੇ ਰਹਿਣ ਦਾ ਮੌਕਾ ਮਿਲ ਰਿਹਾ ਔਰ ਉਹਨੂੰ ਦੇਖਦੇ ਹੋਏ ਤੁਸੀਂ ਕੋਸ਼ਿਸ਼ ਕਰਦੇ ਹੋ ਵੀ ਸਾਰਾ ਵੈੱਜ ਹੀ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਨੌਨ ਵੈੱਜ ਅਸੀਂ ਚਲਾਉਂਦੇ ਨਹੀਂ ਹੈਗੇ ਸਿਰਫ ਵੈੱਜ ਹੀ ਚੱਲਦਾ ਇੱਥੇ ਵੀਰ ਜੀ ਆਮ ਤੌਰ 'ਤੇ ਦੇਖਿਆ ਗਿਆ ਕਿ ਇਹ ਗੱਲ ਹੁੰਦੀ ਹੈ ਕਿ ਪੈਲਸ ਚਲਾਉਣੇ ਆ ਤਾਂ ਭਾਈ ਨੌਨ ਵੈੱਜ ਹੀ ਚੱਲਦਾ ਰਹੂਗਾ ਲੇਕਿਨ ਮੰਨਦੇ ਹੋ ਕਿ ਬਾਬਾ ਈਸ਼ਰ ਸਿੰਘ ਦੀ ਪੂਰੀ ਕਿਰਪਾ ਇੱਥੇ ਜੀ ਪੂਰੀ ਕਿਰਪਾ ਜੀ ਮੈਨੂੰ ਵੀ ਲੋਕਾਂ ਨੇ ਬਹੁਤ ਕਿਹਾ ਸੀ ਅਗਰ ਤੁਸੀਂ ਨੌਨ ਵੈੱਜ ਨਹੀਂ ਚਲਾਓਗੇ ਤਾਂ ਚੱਲਣਾ ਨਹੀਂ ਪਰ ਅਸੀਂ ਕਿਹਾ ਵੀ ਨਹੀਂ ਅਸੀਂ ਨੌਨ ਵੈੱਜ ਨਾ ਅਸੀਂ ਆਪ ਖਾਈਏ ਨਾ ਕਿਸੇ ਨੂੰ ਖਾਣ ਦਈਏ ਨਹੀਂ ਜੀ ਅਸੀਂ ਵੈੱਜ ਹੀ ਚਲਾਉਣਾ ਅਤੇ ਔਰ ਆਪਣੀ ਕਿਰਪਾ ਹੈ ਜੀ ਬਹੁਤ ਵਧੀਆ ਚੱਲ ਰਿਹਾ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਵੀਰ ਜੀ ਹੈ ਉਹ ਤਾਂ ਉੱਧਰੋਂ ਕਹਿੰਦੇ ਵੀ ਪੰਨੂ ਵਾਲਿਆਂ ਨੂੰ ਕਹਿ ਦਿਓ ਬਾਈ ਉਹ ਆਪੇ ਕਰ ਦੇਣਗੇ ਕਿਵੇਂ ਫਿਰ ਇੰਨਾ ਸਰੇਕ ਜ਼ਿੰਮੇਦਾਰੀ ਉਹ ਤੁਹਾਡੇ 'ਤੇ ਲਾ ਦਿੰਦੇ ਵੀ ਬਾਈ ਤੁਸੀਂ ਆਪੇ ਕਰਨਾ ਇੱਦਾਂ ਗੂਗਲ 'ਤੇ ਆਹ ਪਾ ਦਾ ਪੈਸਾ ਤੇਰਾ ਬਾਕੀ ਹੁਣ ਸਾਰਾ ਕੰਮ ਬੋਝ ਤੇਰਾ ਹਾਂਜੀ ਬਿਲਕੁਲ ਜੀ ਇਹੋ ਜਿਹੇ ਵੀ ਬਹੁਤ ਸਾਰੇ ਕਸਟਮਰ ਨੇ ਇਹੋ ਜਿਹੇ ਮੇਰੇ ਅਤੇ ਕਈ ਵਿੱਚ ਕਹਿ ਦਿੰਦੇ ਆ ਜਿਸ ਤਰ੍ਹਾਂ ਬਰਸੀ ਸਮਾਗਮ ਹੁੰਦਾ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਅਤੇ ਸਿਰਫ ਫੋਨ 'ਤੇ ਹੀ ਕੰਟੈਕਟ ਹੁੰਦਾ ਉਹ ਅਕਾਊਂਟ ਦੇ ਵਿੱਚ ਪੈਸੇ ਪਾ ਦਿੰਦੇ ਆ ਵੀ ਇੰਨਾ ਦੁੱਧ ਤੁਸੀਂ ਗੁਰਦੁਆਰਾ ਸਾਹਿਬ ਦੇ ਦਿਓ ਇੰਨਾ ਸਵੀਟ ਵਗੈਰਾ ਦੇ ਦਿਓ ਉਹ ਪਹੁੰਚਾ ਦਈ ਦੀ ਹੈ ਜੀ ਪੰਨੂ ਜੀ ਕੀ ਕਹਿਣਾ ਚਾਹੋਗੇ ਕਿ ਸਾਫ਼ ਸੁਥਰੀ ਨੀਤੀ ਦੇ ਨਾਲ ਅਗਰ ਕੰਮ ਕਰਦਾ ਬੰਦਾ ਤਾਂ ਪਰਮਾਤਮਾ ਜਿਹੜਾ ਹੈਗਾ ਉਹਦਾ ਸਹਾਰਾ ਬਣਦਾ ਹੈਗਾ ਔਰ ਅਸੀਂ ਦੇਖਦੇ ਹਾਂ ਕਿ ਇਸੇ ਪਵਿੱਤਰ ਨਗਰੀ ਦੇ ਉੱਤੇ ਸਾਹਮਣੇ ਤੁਹਾਡੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸਾਰਾ ਦਿਨ ਤੁਸੀਂ ਪੋਜ਼ੀਟਿਵ ਵਾਈਬ੍ਰੇਸ਼ਨ ਲੈਂਦੇ ਹੋ ਉਹਦਾ ਵੀ ਅਸੀਂ ਅਸਰ ਸਮਝੀਏ ਵੀ ਇਸ 'ਤੇ ਪਿਆ ਵਾ ਹਾਂਜੀ ਹਾਂਜੀ ਬਿਲਕੁਲ ਜੀ ਉਸੇ ਦਾ ਵੀ ਅਸਰ ਹੈ ਅਤੇ ਜੋ ਵੀ ਹੈ ਪਰਮਾਤਮਾ ਦੀ ਕਿਰਪਾ ਜੀ ਵੀਰ ਜੀ ਇੱਥੇ ਕੈਟਰਿੰਗ ਕਿਉਂਕਿ ਅਗਲਾ ਲੁਧਿਆਣੇ ਜਾਂਦਾ ਬਹੁਤ ਮਹਿੰਗੇ ਮਹਿੰਗੇ ਰੇਟਸ ਲੋਕਾਂ ਨੂੰ ਲਾਉਣੇ ਪੈਂਦੇ ਸੀਗੇ ਇੱਥੇ ਤੁਸੀਂ ਜਿੰਨਾ ਕੁ ਲੋਕ ਪੈਲਸ ਦਾ ਕਿਰਾਇਆ ਲੈਂਦੇ ਆ ਉਹਨੇ ਦੇ ਵਿੱਚ ਤੁਸੀਂ ਨਾਲ ਕੈਟਰਿੰਗ ਵੀ ਕਰਕੇ ਅਗਲੇ ਨੂੰ ਸੁਗਾਤਾ ਦਿੰਦੇ ਹੋ ਬਿਲਕੁਲ ਜੀ ਬਿਲਕੁਲ ਉਸੇ ਦੇ ਵਿੱਚ ਹੀ ਸਾਰ ਦੇਈਦਾ ਜੀ ਕਿਉਂ ਪੇਂਡੂ ਏਰੀਆ ਜੀ ਗਰੀਬ ਜਨਤਾ ਜ਼ਿਆਦੇ ਆ ਜ਼ਿਆਦੇ ਮਿਡਲ ਕਲਾਸ ਏਰੀਆ ਹੀ ਹੈ ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਵੀ ਤੁਸੀਂ ਲੋਕਾਂ ਦੇ ਨਾਲ ਬੜਾ ਪ੍ਰੇਮ ਨਾਲ ਚੱਲੇ ਜਿਵੇਂ ਪ੍ਰਸ਼ਾਸਨ ਕਹਿੰਦਾ ਸੀਗਾ ਤੁਸੀਂ ਕਹਿੰਦੇ ਯਾਰ ਕੋਈ ਨਹੀਂ ਆ ਜਾ ਯਾਰ ਅਗਲਾ ਕਹਿੰਦਾ ਯਾਰ ਮੇਰੇ ਕੋਲ ਇਹਨੇ ਘੱਟ ਆ ਦੋਗੇ ਕੋਈ ਨਹੀਂ ਯਾਰ ਚੱਲ ਔਰ ਇਹੀ ਕਾਰਨ ਆ ਕਿ ਪੰਨੂ ਵੀਰੇ ਬਹੁਤ ਵੱਡਾ ਨਾਮ ਜਿਹੜਾ ਬਣਿਆ ਇਸ ਇਲਾਕੇ 'ਚ ਬਿਲਕੁਲ ਜੀ ਬਿਲਕੁਲ ਜੀ ਬਾਕੀ ਤਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਕਿਰਪਾ ਜੀ ਆਪਾਂ ਦੇਖ ਸਕਦੇ ਕਿ ਇੱਕ ਸਮੇਂ 'ਤੇ ਦੋ ਮੈਰਿਜਾਂ ਵੀ ਹੋ ਸਕਦੀਆਂ ਨੇ ਉੱਪਰ ਵੀ ਮੈਰਿਜ ਹੋ ਸਕਦੀ ਹੈ ਨੀਚੇ ਵੀ ਹੋ ਸਕਦੀ ਹੈ ਔਰ ਕਿਸੇ ਦਾ ਬਾਹਲਾ ਇਕੱਠਾ ਮੰਨ ਲਓ 1500 ਬੰਦਾ ਤਾਂ ਦੋਨੇ ਹਾਲ ਹੀ ਯੂਜ਼ ਕੀਤੇ ਜਾ ਸਕਦੇ ਆ ਕੀ ਕਹਿਣਾ ਚਾਹੋਗੇ ਵੀਰ ਜੀ ਬਿਲਕੁਲ ਜੀ ਅਸੀਂ ਜਿਸ ਤਰ੍ਹਾਂ ਇਕੱਠ ਅਗਲੇ ਦਾ ਵੱਧ ਹੁੰਦਾ ਤਾਂ ਦੋਨੋਂ ਹਾਲਾਂ ਦੇ ਵਿੱਚ ਕਰ ਦਿੰਦੇ ਹਾਂ ਨਹੀਂ ਤਾਂ ਫਿਰ ਦੋ ਦੋ ਪਾਰਟੀਆਂ ਵੀ ਅਟੈਂਡ ਕਰ ਲਈਆਂ ਵੀਰ ਜੀ ਕੋਲ ਆਪਣੇ ਆਪ ਹੀ ਕਾਫੀ ਦੀ ਮਸ਼ੀਨ ਆਪਣੇ ਆਪ ਹੀ ਪੌਪਕਾਰਨ ਦੀ ਆਪਣੇ ਆਪ ਹੀ ਗੋਲ ਜਿਹੜੀਆਂ ਸਟਾਲਸ ਲਾਉਣੀਆਂ ਹੈਗੀਆਂ ਇਹ ਸਾਰਾ ਕੰਮ ਆਪੇ ਭੁਗਤਾ ਦਿੰਦੇ ਕਿਸੇ ਨੂੰ ਬੋਝ ਦੀ ਕੋਈ ਲੋੜ ਨਹੀਂ ਅਗਲਾ ਬਸ ਤੁਸੀਂ ਆਪਣੇ ਮਨ 'ਚ ਬਣਾਓ ਕਿ ਮੈਂ ਵਿਆਹ ਇੱਥੇ ਕਰਨਾ ਅਤੇ ਵਿਆਹ ਕਰਨਾ ਅਤੇ ਫਿਰ ਨਜ਼ਾਰੇ ਲਿਆ ਦੇਣਗੇ ਬਿਲਕੁਲ ਜੀ ਜਿਸ ਤਰ੍ਹਾਂ ਦੀ ਪਾਰਟੀ ਹੁੰਦੀ ਹੈ ਜੀ ਜਿਸ ਤਰ੍ਹਾਂ ਅਗਲਾ ਕਹਿੰਦਾ ਉਸੇ ਤਰ੍ਹਾਂ ਕਰ ਲਈਦਾ ਜੀ ਘੱਟ ਵੱਧ ਕੋਈ ਗੱਲ ਨਹੀਂ ਕੋਈ ਮੈਟਰ ਨਹੀਂ ਕਰਦਾ ਆਪਾਂ ਨੂੰ ਔਰ ਜਿਹੜੇ ਲੋਕ ਜ਼ਿਆਦਾ ਲੋੜਵੰਦ ਆ ਜਿਹਨਾਂ ਕੋਲ ਬਹੁਤ ਔਖੇ ਆ ਉਹਨਾਂ ਨੂੰ ਵੀ ਉਹ ਉਨਾ ਕੀ ਪ੍ਰੇਮ ਦੇ ਨਾਲ ਵੀ ਕੋਈ ਨਹੀਂ ਭਾਈ ਆ ਜੋ ਕਰਾਂ ਤੁਹਾਡੇ ਨਾਲ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਔਰ ਇਹ ਜਿਹੜੀ ਸਵੀਟ ਸ਼ੋਪ ਆ ਦੁੱਧ ਦਾ ਜਿਹੜਾ ਕਾਰੋਬਾਰ ਆ ਦੁੱਧ ਦੇ ਨਾਲ ਅਟੈਚ ਹੋ ਕੇ ਇਹਨਾਂ ਨੇ ਬੜੀ ਲੋਕਾਂ ਦੀ ਸੇਵਾ ਕੀਤੀ ਹੈਗੀ ਆ ਹੁਣ ਵੀ ਕੋਈ ਬੰਦਾ ਆਉਂਦਾ ਕੋਈ ਰੁੱਧਰ ਹੁੰਦਾ ਔਖਾ ਹੁੰਦਾ ਤਾਂ ਇਹ ਬਿਲਕੁਲ ਉਹਦੇ ਨਾਲ ਅਟੈਚ ਹੋ ਜਾਂਦੇ ਆ ਬਰਫੀ ਇਹਨਾਂ ਦੀ ਖੋਆ ਇਹਨਾਂ ਦਾ ਪਨੀਰ ਦੇ ਪਕੌੜੇ ਇਹਨਾਂ ਦੇ ਪਨੀਰ ਇਹਨਾਂ ਦਾ ਹੋਰ ਚੀਜ਼ਾਂ ਜਿਹੜੀਆਂ ਬੜੀਆਂ ਮਸ਼ਹੂਰ ਆ ਪੰਨੂ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਪੰਜਾਬ ਪਲੱਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਇਹ ਮੇਰੇ ਫਾਦਰ ਸਾਹਿਬ ਦੀ ਵੀ ਪੂਰੀ ਮਿਹਨਤ ਦਾ ਸਦਕਾ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਅਤੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਮਿਹਨਤ ਕੀਤੀ ਫਿਰ ਅਸੀਂ ਲੱਗੇ ਅਤੇ ਹੁਣ ਸਾਡੇ ਬੱਚੇ ਵੀ ਨਾਲ ਹੱਥ ਵਟਾਉਂਦੇ ਆ ਇਸੇ ਕੰਮ ਦੇ ਵਿੱਚ ਅਤੇ ਬਾਕੀ ਜੋ ਸਾਡੇ ਕੋਲ ਬੰਦੇ ਨੇ ਸਾਡੇ ਇਹ ਵੀ ਪੁਰਾਣੇ ਨੇ ਬਿਲਕੁਲ ਇਹ 8 ਸਾਲ ਤੋਂ ਮੈਂ ਕਹਿੰਦਾ ਇਹ ਹੈ ਨਾ 8 ਸਾਲ ਹੋ ਗਏ ਇਹਨਾਂ ਨੂੰ ਵੀ ਕੰਮ ਕਰਦੇ ਨੂੰ ਬਾਕੀ ਭੂਆ ਹੀ ਨੇ ਸਾਡੇ ਬੈਠੇ